ਤੁਹਾਡਾ ਜੀ ਗੱਲ ਦੀ ਸਾਰੇ ਯਾਰੋ ਤੇ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੌਸਮ ਪੰਜਾਬ 26 ਅਤੇ 27 ਅਕਤੂਬਰ ਕੀ ਦੋ ਦਿਨਾਂ ਵਿੱਚ ਮੌਸਮ ਦੀ ਕੀ ਹਲਚਲ ਹੋਣ ਜਾ ਰਹੀ ਹੈ ਕਿਹੜੇ ਇਲਾਕਿਆਂ ਵਿੱਚ ਬੱਦਲਵਾਈ ਤਾਪਮਾਨ ਹਵਾਵਾਂ ਤੋਂ ਲੈ ਕੇ ਕੀ ਮੌਸਮ ਦੀ ਹਲਚਲ ਹੋਵੇਗੀ ਸੋ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਪਹਿਲਾ ਗੱਲ ਕਰਦੇ ਆ 26 ਅਕਤੂਬਰ ਦੇ 26 ਅਕਤੂਬਰ ਨੂੰ ਮੌਸਮ ਪੰਜਾਬ ਦਾ ਜ਼ਿਆਦਾਤਰ ਸਾਫ਼ ਅਤੇ ਖੁਸ਼ਕ ਹੀ ਦੇਖਣ ਨੂੰ ਮਿਲੂਗਾ ਹਵਾਵਾਂ ਲਗਾਤਾਰ ਪੱਛਮ ਦਿਸ਼ਾ ਤੋਂ ਵਗਦੀਆਂ ਰਹਿਣਗੀਆਂ ਜਿਹੜੀਆਂ ਕਿ ਆਉਣ ਵਾਲੇ 2-4 ਦਿਨਾਂ ਤੱਕ ਇਸੇ ਤਰ੍ਹਾਂ ਲਗਾਤਾਰ ਜਾਰੀ ਰਹਿਣਗੀਆਂ ਤੇ ਹਵਾਵਾਂ ਦੀ ਗਤੀ ਵੀ ਚੰਗੀ ਰਹੇਗੀ ਸਵੇਰ ਤੋਂ ਲੈ ਕੇ 10-11 ਜਾਂ 12 ਵਜੇ ਤੱਕ ਹਵਾਵਾਂ ਚੱਲਣਗੀਆਂ 5 ਤੋਂ ਲੈ ਕੇ 15 ਕਿਲੋਮੀਟਰ ਤੱਕ ਤੇ ਦੁਪਹਿਰ ਦੇ ਆਸ-ਪਾਸ ਤੋਂ ਲੈ ਕੇ ਸ਼ਾਮ ਤੱਕ ਹਵਾਵਾਂ ਦੀ ਗਤੀ ਦੇ ਵਿੱਚ ਥੋੜਾ ਜਿਹਾ ਵਾਧਾ ਦੇਖਣ ਨੂੰ ਮਿਲੂਗਾ ਤੇਜ਼ ਹਵਾਵਾਂ ਚੱਲ ਸਕਦੀਆਂ ਜਿਨ੍ਹਾਂ ਦੀ ਗਤੀ 15 ਤੋਂ ਲੈ ਕੇ 30 ਕਿਲੋਮੀ ਕਰਕੇ ਜਿੱਥੇ ਕਿਸਾਨਾਂ ਲਈ ਥੋੜਾ ਜਿਹਾ ਲਾਹੇਵੰਦ ਹੋਣਗੇ ਜਾਂ ਫਸਲਾਂ ਦਾ ਜਿਹੜਾ ਨੁਕਸਾਨ ਹੋਇਆ ਹੈ ਖੇਤ ਗਿੱਲੇ ਨੇ ਪਾਣੀ ਭਰ ਗਿਆ ਹੈ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਜਲਦੀ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ ਬੱਦਲਵਾਈ ਨਾ ਮਾਤ ਰਹੇਗੀ ਕਿਉਂਕਿ ਕੋਈ ਵੀ ਸਿਸਟਮ ਹੈ ਜਿਹੜਾ ਇਹਨਾਂ ਦੇ ਨਾਮ ਵਿੱਚ ਨਹੀਂ ਪ੍ਰਭਾਵਿਤ ਕਰੇਗਾ ਤਾਪਮਾਨ ਦੇੰਦੇ ਹੋਣਗੇ ਜੋ ਉਹ ਲਗਭਗ 24 ਤੋਂ ਲੈ ਕੇ 26 27 ਡਿਗਰੀ ਦੇ ਆਸ-ਪਾਸ ਬਣੇ ਰਹਣਗੇ ਤੇ ਰਾਤ ਦੇ ਤਾਪਮਾਨ ਹੋਣਗੇ ਜੋ ਉਹ 14 ਤੋਂ ਲੈ ਕੇ 16 ਡਿਗਰੀ ਦੇ ਦਰਮਿਆਨ ਬਣੇ ਰਹਣਗੇ ਠੰਡ ਦਾ ਡਾਉਨਪੋਰਬਾ ਪਹਿਲਾਂ ਦੇ ਮੁਕਾਬਲੇ ਥੋੜਾ ਜਹਾ ਵਧੇਗਾ ਕਿਉਂਕਿ ਜੋ ਪੱਛਮੀ ਹਵਾਵਾਂ ਚੱਲ ਰਹੀਆਂ ਨੇ ਇਹ ਖੁਸ਼ਕ ਹੋਣ ਦੇ ਨਾਲ ਨਾਲ ਠੰਡੀਆਂ ਵੀ ਨੇ ਕਿਉਂਕਿ ਪਹਾੜੀ ਇਲਾਕਿਆਂ ਵਿੱਚ ਜੋ ਬਰਫਬਾਰੀ ਜਿਹੜੀ ਪਿਛਲੇ ਸਿਸਟਮ ਦੌਰਾਨ ਕਾਫੀ ਜਿਆਦਾ ਭਾਰੀ ਬਰਫਬਾਰੀ ਪਹਾੜਾਂ ਵਿੱਚ ਪੱਛਮੀ ਹਵਾਵਾਂ ਸਿੱਧਾ ਪਹਾੜਾਂ ਤੋਂ ਲੈ ਕੇ ਮੈਦਾਨੀ ਭਾਗਾਂ ਤੱਕ ਪਹੁੰਚਦੀਆਂ ਨੇ ਸੋ ਇਹਨਾਂ ਦੇ ਕਰਕੇ ਜਿਹੜਾ ਠੰਡ ਦਾ ਜੋਰ ਆਉਣ ਵਾਲੇ ਨੇ ਵਿੱਚ ਹੋਰ ਥੋੜਾ ਜਿਹਾ ਵਧਣ ਦੇ ਅਸਰ ਨੇ ਤੇ ਇਸੇ ਤਰ੍ਹਾਂ ਦਾ ਮੌਸਮ 27 ਅਕਤੂਬਰ ਨੂੰ ਰਹੇਗਾ ਸਾਫ਼ ਖੁਸ਼ਕ ਰਹੇਗਾ ਪੱਛਮੀ ਹਵਾਵਾਂ ਚੱਲਣਗੀਆਂ ਦੁਪਹਿਰ ਦੇ ਆਸ-ਪਾਸ ਤੋਂ ਹਵਾਵਾਂ ਵਿੱਚ ਗਤੀ ਹੋਰ ਜ਼ਿਆਦਾ ਫੜਿਆ ਕਰਨਗੀਆਂ ਤੇ ਰਾਤ ਦੇ ਸਮੇਂ ਹਵਾਵਾਂ ਦੀ ਗਤੀ ਥੋੜੀ ਜਿਹੀ ਹਲਕੀ ਹੋ ਜਾਵੇਗੀ ਪਰ ਦਿਸ਼ਾ ਜ਼ਿਆਦਾਤਰ ਆਪਾਂ ਨੂੰ ਪੱਛਮ ਤੋਂ ਹੀ ਰਹਿਣ ਦੇ ਅਸਰ ਨੇ